بسم الله الرحمن الرحيم. اللهم صل على محمد وعلى محمد. يا فاطمة بسم الله يا فاطمة. أدركني. اللهم صل على سلام يا حسين، سلام يا حسين، سلام يا حسين. لبيك يا حسين يا علي يا علي يا علي. الصلوات محمد وعلى بيته. عبادت فرماؤ سارے مل کے سونی صلوات پڑھو. اپنے اپنے گناہوں دی بخشش، اپنے اپنے مرحومین دی درجات دی بلندی، بے اولاد مومناں دی اولاد نرینا، جتنے مومن بیمار ہیں انہاں دی شفا یابی، ਜਿਤਨੇ ਮੋਮਿਨ ਤੰਗ ਦਸਤ ਹਨ ਉਹਨਾਂ ਦੇ ਰਿਜ਼ਕੇ ਹਲਾਲ ਦੀ ਬਰਕਤ, ਔਰ ਜਿਤਨੇ ਆਜ਼ਾਦਾਰ ਦਾਰੇ ਫਾਨੀ ਤੋਂ ਪੂਜ ਕਰ ਗਏ, ਔਰ ਖਸੂਸਨ ਬਾਨੀ ਮਜਲਿਸ ਦੇ ਜਿਤਨੇ ਕੁਰਬਾ, ਖਸੂਸਨ ਉਹਨਾਂ ਦੇ ਵਾਲਿਦ ਮਰਹੂਮ, ਉਹਨਾਂ ਦੀ ਦਰਜਾਤ ਦੀ ਬੁਲੰਦੀ, ਖਸੂਸਨ ਇਮਾਮੇ ਜ਼ਮਾਨਾ ਦੀ ਆਮਦ ਔਰ ਸਲਾਮਤੀ ਦੀ ਖਾਤਰ ਇੱਕ ਮਿਲ ਕੇ ਸੋਹਣੀ ਸਲਵਾਤ ਦੁਆ ਹੈ 14 ਦੇ ਸਦਕੇ ਤੁਹਾਡਾ ਟੂਰਾ ਜਾਂ ਕਬੂਲ ਹੋਵੇ। ਅੱਲਾ ਬਾਨੀ ਦਾ ਇਹ ਤਮਾਮ 14 ਦੇ ਸਦਕੇ ਕਬੂਲ ਕਰਵਾਏ। ਅੱਲਾ ਮੇਰੇ ਬਾਈ ਨੂੰ ਇਸ ਤੋਂ ਜ਼ਿਆਦੀਆਂ ਤਰੱਕੀਆਂ ਤਾਂ ਫਰਮਾਏ, ਔਰ ਜਿਤਨੇ ਸਾਇਆਂ ਦੇ ਨੌਕਰ ਸਾਇਆਂ ਦੀ ਡਿਊਟੀ ਅਦਾ ਕਰ ਗਏ ਮਾਲਿਕ ਕਬੂਲ ਫਰਮਾਵੇ। ਜਿਤਨਾ ਮੇਰੇ ਬਾਅਦ ਸਾਇਆਂ ਦੀ ਡਿਊਟੀ ਲੇਵਣੀ ਹੈ, ਮੈਂ ਅਖੀਰ ਸਮੇਂ ਜਿਹੜਾ 12ਵੇਂ ਦੀ ਬਾਰਗਾਹ ਪਹੁੰਚੇ ਤਾਂ ਇਬਾਦਤ ਦੀ ਸ਼ੁਮਾਰ ਹੋਵੇ। ਅੱਲਾ ਸ਼ੀਆ ਨੇ ਹੈਦਰ ਕਰਾਰ ਕੋ ਆਪਸ ਦੇ ਵਿੱਚ ਇਤਫਾਕ ਔਰ ਇਤਿਹਾਦ ਨਸੀਬ ਫਰਮਾਏ। ਤੁਹਾਡੇ ਵਤਨ ਦਾ ਨਿਆਜ਼ ਮੰਦਾ, ਵਤਨੀ ਨੌਕਰਾਂ, ਜ਼ਾਕਿਰ ਮੇਰੇ ਸਾਇਆਂ ਦੇ ਪੜਾਂ ਨਾਲੇ ਡਿੱਗ ਸਾਰੇ ਹਨ, ਔਰ ਆਸੀ ਉਹ ਦਾਵਤਾਂ ਤਾਂ ਦਿੱਤੀਆਂ ਪਈਆਂ ਆਮਣਾ ਉਹ ਏ ਜਿਹਦੀ ਇੱਥੇ ਡਿਊਟੀ ਸਾਇਆਂ ਦੀ ਤਰਫ ਲੱਗੀ ਪਈ ਹੋ ਸੀ। ਮੇਰੇ ਬਾਅਦ ਤਾਂ ਮੈਂ ਆਪ ਹੀ ਪੜ੍ਹਨਾ ਹੈ, ਮੇਰਾ ਛੋਟਾ ਭਰਾ ਹੈ, ਮੈਂ ਤਾਂ ਸੈਯਦ ਸਰਦਾਰ ਹੈ, ਇਹ ਮੇਰਾ ਛੋਟਾ ਭਰਾ ਸੈਯਦ ਮੁਦੱਸਰ ਨਿਆਸ ਹੈ, ਉਹਨਾਂ ਪੜ੍ਹਨਾ ਹੈ। ਇਜਾਜ਼ਤ ਰਹੋ ਤਾਂ ਮੈਂ ਵੀ ਥੋੜ੍ਹਾ ਜਿਹਾ ਪੜ੍ਹ ਕੇ ਨਾ, ਕਿਉਂਕਿ
ਇਹ ਸਾਡਾ ਘਰ ਹੈ, ਇਹਨੇ ਮੁਰਾਣੀ ਘਰ ਹੀ ਸ਼ੁਮਾਰ ਹੀ ਥੀਂਦਾ ਹੈ। ਲੇਕਿਨ ਕਿਸਮਤ ਦੀ ਬਾਤ ਇਹ ਵੀ ਇੱਥੋਂ ਤੁਹਾਡੀਆਂ ਸਾਰੀਆਂ ਮੁਲਾਕਾਤਾਂ ਬੜੀਆਂ ਘੱਟ ਥੀਂਦੀਆਂ ਹੈ, ਕਿਉਂਕਿ ਆਮ ਏ ਮੁਹਰਮ ਬਿਲਕੁਲ ਕਰੀਬ ਹੈ। ਔਰ ਇਸ ਆਯਾਮ ਏ ਮੁਹਰਮ ਦੇ ਵਿੱਚ ਨਿਖੇੜਾ ਥੀਂਦਾ ਹੈ, ਜਿਹੜੇ ਰੋਡਾਂ 'ਤੇ ਬੰਦੇ ਨਿਕਲਦੇ ਨੇ ਅਤੇ ਇੱਕ ਨਾਰਾ ਲੱਗਦਾ ਹੈ, ਹੁਸੈਨੀਅਤ ਜ਼ਿੰਦਾਬਾਦ, ਯਜ਼ੀਦੀਅਤ ਮੁਰਦਾਬਾਦ। ਉਸ ਵੇਲੇ ਨਿਖੇੜਾ ਥੀ ਪੈਂਦਾ ਜੋ ਹੁਸੈਨ ਦੇ ਨਾਲ ਕੌਣ ਹੈ ਅਤੇ ਯਜ਼ੀਦ ਦੇ ਨਾਲ ਕੌਣ ਹੈ। ਪਰੇਸ਼ਾਨ ਤਾਂ ਨਹੀਂ ਮੈਂ ਪੈ ਦਿੰਦੇ, ਥੋੜ੍ਹੇ ਜਿਹਾ ਬੋਲ ਪੋ ਖੈਰ ਅੱਲਾ ਚੁੱਕੇ। ਮੈਂ ਪਹਿਲੇ ਆਪਦਾ ਕਹਿਣਾ ਵੀ ਘਰ ਹੈ, ਲੇਕਿਨ ਮੁਲਾਕਾਤ ਤੁਹਾਡੀ ਸਾਡੀ ਇਹ ਸਾਲ ਬਾਅਦ ਥਾਈ ਖੜੀ ਹੈ ਇਸੇ ਮਜਲਿਸ ਦੇ ਉੱਤੇ, ਅਤੇ ਵੱਧ ਹੁਣ ਵਲਾ ਊ ਮਜਲਿਸ ਦੇ ਉੱਤੇ ਪੂਰਾ ਸਾਲ ਇੱਥੇ ਯਾਨੀ ਮੁਲਾਕਾਤ ਨਹੀਂ ਥੀ ਸਕਦੀ। ਸਾਲ 'ਚ ਹੀ ਕੋਈ ਮਜਲਿਸ ਹੈ, ਦੋ ਮਜਲਿਸ ਹੈ, ਤ੍ਰੈ ਮਜਲਿਸ ਹੈ, ਜਿਹੜੀ ਆ ਕੇ ਜ਼ਾਕਿਰ ਤੁਹਾਡੇ ਸਾਹਮਣੇ ਪੜ੍ਹਦੇ ਹਨ। ਪੂਰਾ ਸਾਲ ਬੰਨਾ ਕੋਈ ਝੇੜੇ ਯਾਦ ਨਹੀਂ ਆਉਂਦੇ, ਆਯਾਮ ਏ ਮੁਹਰਮ ਜਿਹੜੇ ਕਰੀਬ ਆਉਂਦੇ ਬੰਦੇ ਹੀ ਇੱਕ ਦੂਜੇ ਦੇ ਨਾਲ ਮੁਖਾਲਫਤਾਂ ਸ਼ੁਰੂ ਕਰ ਦਿੰਦੇ ਨੇ। ਸਾਡਾ ਹੀ ਬੰਦੇ ਨਾਲ ਤਾਲਕ ਨਹੀਂ, ਅਸਾਂ ਹੀ ਜ਼ਾਕਿਰ ਕੋ ਨਹੀਂ ਸੁਣਨਾ, ਅਸਾਂ ਹੀ ਮੌਲਵੀ ਕੋ ਨਹੀਂ ਸੁਣਨਾ, ਪੂਰਾ ਸਾਲ ਬੰਦੇ ਇਕੱਠੇ ਰਾਸ ਹਨ। ਮੁਹਰਮ ਦਾ ਚੰਦ ਜਿਵੇਂ ਜਿਵੇਂ ਕਰੀਬ ਆ ਸੀ, ਪੂਰੇ ਸਾਲ ਦੀਆਂ ਜਿਹੜੀਆਂ ਨਾਰਾਜ਼ਗੀਆਂ ਨੇ ਉਹ ਇਨ੍ਹਾਂ ਦਿਹਾੜਾਂ 'ਚ ਬੰਦੇ ਜ਼ਾਹਿਰ ਕਰਕੇ ਆ ਜਾਂਦੇ। ਹਾਲਾਂਕਿ ਚਾਹੀਦਾ ਤਾਂ ਇਹ ਬੇਸ਼ੱਕ ਸਾਲ ਪੂਰਾ ਇਲਾਕੇ 'ਚ ਹੋਣਗੀਆਂ ਨੇ ਇੱਕ ਦੂਜੇ ਕੋਲ ਤਕਲੀਫਾਂ, ਬੰਨਾ ਕੋ ਬੇਸ਼ੱਕ ਨਿਭਾਓ ਵਧੇ, ਲੇਕਿਨ ਕੋਸ਼ਿਸ਼ ਕੀਤੀ ਕਰੋ, ਕਿਉਂਕਿ ਇਹ ਦਹ ਦਿਹਾੜੇ ਨੂੰ ਹੁਸੈਨ ਬਾਦਸ਼ਾਹ ਦੇ ਨਾਂ ਦੇ ਨਾਲ ਮਨਸੂਬ, ਤੋ ਕੋਸ਼ਿਸ਼ ਕੀਤੀ ਕਰੋ ਇਹਨਾਂ ਦਹ ਦਿਹਾੜਾਂ ਦੇ ਵਿੱਚ ਆਪਣੇ ਜ਼ਾਤੀ ਇਖਤਲਾਫ ਕੋ ਭੁਲਾ ਕੇ ਇਕੱਠੇ ਬੈਠੇ ਕਰੋ, ਇਕੱਠੇ ਟੁਰੇ ਕਿਤੇ ਕਰੋ, ਜਿੱਥਾਂ ਵੀ ਕਹਿ ਮੋਮਿਨ ਦੇ ਘਰ ਦੇ ਵਿੱਚ ਨਿਆਜ਼, ਅਗਰ ਕੋਈ ਇਹ ਦੁਨਿਆਵੀ ਤਕਲੀਫ ਇੱਕ ਦੂਜੇ ਬੋਲੋ ਤਾਂ ਉਹਨਾਂ ਦਹ ਦਿਹਾੜਾਂ ਦੇ ਵਿੱਚ ਉਹ ਤਕਲੀਫ ਜ਼ਹਿਰ ਨਾ ਕੀਤੀ ਕਰੋ, ਬਲਕਿ ਵੱਜ ਕੇ ਇਕੱਠੇ ਉਹਨਾਂ ਦੇ ਨਾਲ ਬੈਠੇ ਕਿਤੇ ਕਰੋ, ਤਾਂ ਕਿ ਲੋਕਾਂ ਕੋ ਪਤਾ ਲੱਗੇ ਜੋ ਹੁਸੈਨ ਵਾਲੇ ਇਕੱਠੇ ਥੈ ਬੈਠੇ। ਤੋ ਆਯਾਮ ਏ ਮੁਹਰਮ ਦੀ ਆਮਦ ਆਮਦ ਏ, ਮੌਲਾ ਹਰ ਹੁਸੈਨੀ ਕੋ ਆਪਣੀ ਹਿਫਜ਼ੋ ਅਮਾਨ 'ਚ ਰੱਖੇ, ਕਿਉਂਕਿ ਦਰਸਗਾਹ ਆਲ ਏ ਮੁਹੰਮਦ ਕਰਬਲਾ ਇਸਾ ਕੋ ਦੱਸੇ ਕਿ ਅਲੀ ਵਾਲਾ ਇਕੱਠਾ ਕਿਵੇਂ ਰਾਵਣਾ ਹੈ, ਇੱਕ ਦੂਜੇ ਦੇ ਨਾਲ ਪਿਆਰ ਮੁਹੱਬਤ ਨਾਲ ਪੇਸ਼ ਕਿਵੇਂ ਆਵਣਾ ਹੈ। ਤੋ ਦੁਨਿਆਵੀ ਜਿਹੜੇ ਇਖਤਲਾਫ ਹਨ ਇਹਨਾਂ ਕੋ ਭੁਲਾ ਕੇ ਆਜ਼ਾਦਾਰੀ ਏ ਮਜ਼ਲੂਮ ਏ ਕਰਬਲਾ ਦੇ ਵਿੱਚ ਇਕੱਠੇ ਜੀਵਣਾ ਹੈ। ਪਰੇਸ਼ਾਨ ਤਾਂ ਨਹੀਂ ਵੇਖੀ ਗਏ ਯਾਰ। ਤੋ ਮੈਂ ਕੋਸ਼ਿਸ਼ ਕਰੇ ਸਾਂ ਬਈ ਆਪਣੇ ਟਾਈਮ ਨਾਲੋਂ ਹੀ ਕੁਝ ਟਾਈਮ
ਆਪਣੇ ਛੋਟੇ ਵੀਰ ਨੂੰ ਬਚਾ ਦੇ ਸਾਂ ਤਾਂ ਕਿ ਕੋਈ ਪਰੇਸ਼ਾਨ ਨਾ ਥੀਵੇ। ਅੱਲਾ ਭਾਵੇਂ ਤੁਸੀਂ ਢਿੱਕ ਸਾਰੇ ਬੈਠੇ ਵੇ, ਕਾਫੀ ਬੈਠੇ ਵੇ, ਜਿਹੜੇ ਘਰਾਂ 'ਚ ਹੀ ਬੈਠੇ ਨੇ, ਇਹ ਲਾਈਵ ਚੱਲਦੀ ਪਈ ਹੈ, ਕੈਮਰਾ ਚੱਲਦਾ ਪਏ, ਉੱਥਾਂ ਵੀ ਸਾਇਆਂ ਦਾ ਜ਼ਿਕਰ ਬੈਠੇ ਸੁਣ ਰਹੇ ਨੇ, ਇੱਥਾਂ ਵੀ ਸਾਇਆਂ ਦਾ, ਯਾਨੀ ਇਹ ਵੀ ਜਿਹੜੀ ਘਰ 'ਚ ਹੀ ਬਹਿ ਕੇ ਜ਼ਿਕਰ ਸੁਣਦੇ ਬੈਠੇ ਨੇ, ਉਹ ਵੀ ਇਬਾਦਤ ਹੈ। ਲੇਕਿਨ ਫਰਕ ਕਿਤਨਾ ਹੈ, ਜਿਵੇਂ ਮਜਲਿਸ ਹੁਸੈਨ ਦੇ ਵਿੱਚ ਬੰਦਾ ਇੱਕ ਆਉਂਦਾ ਹੈ, ਉਹ ਬਾਵਜ਼ੂ ਹੋ ਕੇ ਆਉਂਦਾ ਹੈ, ਨਮਾਜ਼ ਅਦਾ ਕਰਕੇ ਆਉਂਦਾ ਹੈ, ਉਹਦਾ ਸਵਾਬ ਅਲੈਦ ਹੈ। ਇੱਕ ਬੰਦਾ ਆਉਂਦਾ ਹੈ ਬਗੈਰ ਵਜ਼ੂ ਦੇ ਵੀ, ਅਗਰ ਆਏ ਇਹ ਮੈਨਾਦ ਹੈ ਜੋ ਕੋਈ ਸਵਾਬ ਨਹੀਂ ਮਿਲਦਾ, ਸਵਾਬ ਮਿਲਦਾ ਹੈ ਲੇਕਿਨ ਉਹਦੀ ਨਿਸਬਤ ਕੰਮ ਮਿਲਦਾ ਹੈ। ਤੋ ਜਿਹੜੇ ਇੱਥੇ ਜ਼ਿਕਰ ਹੁਸੈਨ ਦੇ ਵੀ ਟੁਰ ਕੇ ਜਿਤਨੇ ਕਦਮ ਆਏ ਬੈਠੇ ਨੇ, ਉਹਨਾਂ ਦਾ ਸਵਾਬ ਜ਼ਿਆਦਾ ਹੈ। ਜਿਹੜੇ ਘਰਾਂ 'ਚ ਬੈਠੇ ਸੁਣਦੇ ਨੇ, ਸਵਾਬ ਉਹਨਾਂ ਦਾ ਹੀ ਹੈ ਲੇਕਿਨ ਕੰਮ ਹੈ ਇਹਨਾਂ ਦੀ ਨਿਸਬਤ, ਚੁੱਕੇ ਆਪਣਾ ਕਾਰੋਬਾਰ ਛੋੜ ਕੇ ਜਿਹੜੇ ਟੁਰ ਕੇ, ਪਰੇਸ਼ਾਨ ਤਾਂ ਨਹੀਂ ਪੈਦੀ ਰਹੇ। ਤੋ ਮੈਂ ਆਖਣਾ ਇਹ ਚਾਹੁੰਦਾ ਕਿ ਜਿਤਨੇ ਬੈਠੇ ਵੇ ਤੁਸੀਂ ਥੋੜ੍ਹੇ ਨੀਵੇਂ ਬੈਠੇ, ਮੇਰਾ ਈਮਾਨ ਹੈ ਵੀ ਜਿੱਥਾਂ ਸਾਇਆਂ ਦਾ ਜ਼ਿਕਰ ਥੀਂਦਾ ਹੈ ਉੱਥਾਂ ਖੁਦ ਵਾਰਿਸ ਮਤਾਮ ਤਸ਼ਰੀਫ ਗਿਣਾ ਦੇ। ਤੋ ਜਿੱਥਾਂ ਸਾਈਂ ਆਪ ਤਸ਼ਰੀਫ ਗਿਣਾ, ਮੈਂ ਕਿਉਂ ਆਖਾਂ ਤੁਸੀਂ ਥੋੜ੍ਹੇ ਬੈਠੇ ਵੇ। ਇਹ ਇੱਕ ਪੈਗਾਮ ਹੈ, ਇਹ ਜ਼ਿਕਰ ਹੁਸੈਨ ਇੱਕ ਪੈਗਾਮ ਹੀ ਵੇ, ਇੱਕ ਫੁਕਰ ਪੈਗਾਮ ਹੈ ਜਿਹੜਾ ਤੁਹਾਡੇ ਤੱਕ ਪਹੁੰਚਾਉਣਾ ਹੈ। ਤੋ ਮੈਂ ਕੋਸ਼ਿਸ਼ ਕਰਸਾਂ ਉਹ ਥੋੜ੍ਹੇ ਟਾਈਮ ਦੇ ਵਿੱਚ ਇੱਕ ਪੈਗਾਮ ਹੈ ਜਿਹੜਾ ਤੁਹਾਡੇ ਤੱਕ ਪਹੁੰਚਾਉਣਾ ਹੈ। ਮੌਲਾ ਕਰੇ ਮੈਂ ਪੁਜਾ ਹੀ ਗਿਣਾ। ਤੋ ਇੱਕ ਸੋਹਣੀ ਸਲਵਾਤ ਪੜ੍ਹੋ ਅਤੇ ਮੈਂ ਡਿਊਟੀ ਸ਼ੁਰੂ ਕਰਾਂ। أعوذ بالله من الشيطان اللعين الرجيم بسم الله الرحمن الرحيم ਸਲਵਾਤ
ਰੰਗ ਬਾਜ਼ਾਰ ਦਾ ਮੋੜੇ ਭਾਵੇਂ ਨਾ ਮੈਂ ਟੁਰ ਸਕਦੀ ਮੈਂ ਟੁਰਦਿਆਂ ਬਟਨ ਖੋਲੋ ਮੈਂ ਇੱਕਦਮ ਭਾਵੇਂ ਨਾ ਮੈਂ ਟੁਰ ਸੰਗਦੇ ਚਲੋ ਮੈਂ 17 ਵਾਲਾ ਦੁਹਰਾਵਾਂ ਆਏ ਰੱਬਾ ਬਿਸਮਿਲਾ ਕਰਾ ਬਿਸਮਿਲਾ ਕਰਾ ਭਾਵੇਂ ਨਾ ਮੈਂ ਟੁਰ ਸਕਦੀ ਮੈਂ ਟੁਰਦੀ ਹਾਂ ਮੈਂ ਗੁਦੇ ਤੈ ਦੇਦੀ ਵੈਣ ਇਰਲਾਵਾਂ ਜਦਾਂ ਪੁਰਗਾ ਪੋਸ਼ ਅਸੀਂ ਰਹਿੰਦੀਆਂ ਥਈਆਂ ਵਿੱਚ ਦਰਬਾਰ ਬੁਲਾਈਆਂ ਤਤ ਹੀਰ ਨਸ਼ੀਨ ਸ਼ਹਿਜ਼ਾਦੀਆਂ ਕੁਆਂ ਕੀ ਤਿਆਰ ਕੇ ਪੇਸ਼
ਮੈਂ ਜੀ ਮਜਾਲ ਮੇਰੀ ਮਜਾਲ ਮੇਰਾ ਭਾਈ ਬਿਸਮਿਲਾ ਕਰਾਂ। ਸ਼ਹਿਰ 'ਚ ਮਨਾ ਦੀ ਥੀ ਗਈ ਹੈ ਲੋਗੋ ਨਮਾਜ਼ੀ ਦੀਆਂ ਬਹਿਣੀਆਂ ਆ ਗਈਆਂ ਕਿਉਂਕਿ ਜਿਹੜਾ ਮਸਾਇਬ ਅੱਧਾ ਬੀਜੇ ਉਹ ਸਖਤ ਪੜਾਂ ਵਿੱਚ ਨਹੀਂ ਆਉਂਦਾ। ਔਰ ਮੇਰੀ ਜ਼ਿੰਦਗੀ ਦੀ ਕੋਸ਼ਿਸ਼ ਰਹੀ ਹੈ ਸਖਤ ਲਫ਼ਜ਼ ਨਾ ਆਖਾਂ, ਅਦਬ ਨਾਲ ਆਖਾਂ। ਲੋਗੋ ਨਮਾਜ਼ੀ ਦੀਆਂ ਬਹਿਣੀਆਂ ਆ ਗਏ, ਲੋਗੋ ਮਕਾਨਾਂ ਦੀਆਂ ਛੱਤਾਂ 'ਤੇ ਚੜੋ, ਫੁੱਲਾਂ ਦੀਆਂ ਝੋਲੀਆਂ ਭਰੋ, ਏਡੇ ਫੁੱਲ ਵਸਾਓ ਜੋ ਨਮਾਜ਼ੀ ਦੀਆਂ ਬਹਿਣੀ ਫੁੱਲਾਂ 'ਤੇ ਤੁਰਦੀਆਂ ਜਾਓ। ਮਨਾ ਦੀ ਸ਼ਹਿਰੀ ਜੋ ਥਈਏ ਹਿੰਦਾਂ ਦੀ ਬਾਣੀ ਜਨਾਬੇ ਹਿੰਦਾਂ ਸਦਾ ਵਣ ਬਾਜ਼ਾਰ 'ਚ ਪਤਾ ਕਰਾਏ ਕੈਦੀ ਕਿੱਥੋਂ ਦੇ। ਲੇਕਿਨ ਤਿੱਖੀ ਵੱਲੇ ਦੇਰ ਨਾ ਲਾਵੇ ਅੱਲਾ ਜਾਣੇ ਮੇਰਾ ਕਿਉਂ ਲਾਉਂਦਾ ਵੇ। ਬਾਹਨੀ ਟੁਰੀ ਵਾਪਸ ਵੱਲੀਏ ਕੈਦੀਆਂ ਕੋ ਦੇਖ ਕੇ ਅੱਖੀਂ ਵਸਦੀਆਂ ਵਧੀਆਂ, ਘਰ ਜੋ ਕਦਮ ਰੱਖਸ ਹਿੰਦਾ ਅੱਗੇ ਤੇ ਕੋ ਕਹਿ ਰੁਆਏ ਮੈਂ ਕੁ ਦੱਸਾ ਕਹਿ ਝਿਣਕਈ ਤਾਂ ਮੈਂ ਬਦਲੇ ਗਿਨਾ ਠੱਡਾ ਸਾ ਵਰ ਗਿਆ ਝਿਣਕ ਕਹਿ ਨਹੀਂ ਕਹਿੰਦੇ ਕੋਲ ਬਦਲੇ ਗਿਨਸੇ ਜੈ ਮੈਂ ਕੁ ਰੁਆਏ ਪਹਿਲੇ ਰਾਤ ਵਧਾ ਰੋਂਦਾ। ਸਦਕੇ 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 ਹਿੰਦਾ ਤੂੰ ਨਾਜ਼ ਕਰੇਂਦੀ ਹਾਂ ਵੇ ਮੇਰੇ ਪੀਰ ਬਹੁਤ ਸੋਹਣਾ ਕੁਰਾਨ ਪੜ੍ਹਦੇ ਹਿੰਦਾ ਜੇ ਕੋਈ ਸ਼ੱਕ ਨਹੀਂ
ਅਜੇ ਸਵਾਲੀਆ ਕਰਨਾ ਚਾਹੁੰਦੀਆਂ ਤੇਰੇ ਪੀਰ ਸੋਹਣਾ ਕੁਰਾਨ ਪੜ੍ਹਦੇ ਹੋ ਸਨ ਜ਼ਿੰਦਾ ਹੈ ਤਾਂ ਕੁਰਾਨ ਪੜ੍ਹਦੇ ਹੋ ਸਨ ਅੱਜ ਉਹ ਸਰਦੇ ਗਈਆਂ ਜਿਹੜਾ ਨੇਜ਼ੇ ਦੀ ਚੋਂਦੇ ਪੜ੍ਹਦਾ ਕੁਰਾਨ ਆਉਂਦਾ ਤੂੰ ਆਦੀਆਂ ਵੇ ਮੇਰੇ ਪੀਰ ਇਬਾਦਤ ਖੁਦਾ 'ਚ ਬਹੁ ਰੋਂਦਨ ਮੈਂ ਕੁ ਦੱਸਾਂ ਕਿਹੜੀ ਸ਼ਹਿਰ ਰੋਂਦਨ ਹਿੰਦਾਂ 'ਚ ਪਾਣੀ ਆਜਿਆ ਜੋ ਕੈਦੀ ਦੇ ਗਈਆਂ ਜਿਹੜਾ ਪਾਣੀ ਦੇ ਬਦਲੇ ਰੱਤ ਵਜਾ ਰੋਂਦਾ ਸਰ ਦੇ ਖਈਆਂ ਜਿਹੜੇ ਨੇਜ਼ਾ ਦੀ ਚੁੰਝ 'ਤੇ ਸਵਾਰ ਪੜ੍ਹਦੇ ਕੁਰਾਨ ਵਧਣ ਹਿੰਦਾਂ 'ਚ ਮੈਂ ਕੁ ਦੱਸਾਂ ਉਹ ਸਰ ਕਿਤਨੀ ਉਮਰ ਆਉਂਦੇ ਅੱਜ ਦੇ ਗਈਆਂ ਕੋਈ 60 ਸਾਲ ਦਾ ਬੁੱਢੜਾ ਏ ਕੋਈ 32 ਸਾਲ ਦਾ ਕੜੀਅਲ ਜਵਾਨ ਏ ਕੋਈ 18 ਸਾਲ ਦਾ ਜਵਾਨ ਹਿੰਦਾਂ 'ਚ ਜੰਗ ਕੀਤੀ ਉਸਨੇ ਮਾਰੇ ਗਏ ਉਸਨੇ ਇਤਨੀ ਕਿਉਂ ਪੇ ਰੋਂਦੀ ਹੈ ਅੱਜ ਹਿੰਦਾਂ ਮੈਂ ਕੋਈ ਇੱਕ ਸਰ ਬਈਆ ਏ ਜਰਵਾ ਛੁੱਟ ਕਿਹੜਾ ਸਰ ਏ ਹਿੰਦਾਂ ਦੀ ਬਾਣੀ ਰੋ ਰੋ ਕੇ ਅੱਜ ਉਹਦੇ ਚਿਹਰੇ ਜਾ
ਜਵਾਬ ਕਿਹੜਾ ਹੈ? ਮੈਂ ਕੁਆ ਦਾ ਮਾਇਆ ਛੋਟਾ ਵੀਰੋ ਸਕੀਨਾ ਦਾ ਮੇਰੀ ਮਾਂ ਦਾ ਨਾਮ ਰਬਾਬੇ ਸਦਕੇ ਸਦਕੇ ਅਲਬਾਨ ਇਹ ਜਿਹੜੇ ਮੈਕ ਨੇ ਥੋੜ੍ਹਾ ਜਿਹਾ ਕਰ ਰਹੇ ਪੈਣ ਆਵਾਜ਼ ਨਹੀਂ ਕਰ ਦੀ ਆਵਾਜ਼ ਆਉਂਦੀ ਪਈ ਠੀਕ ਆ ਤੁਹਾਡੀ ਡੀਤੀ ਹੋਈ ਨਮਾਜ਼ ਹੈ ਅਤੇ ਮੈਂ ਇਸ ਗੱਲ ਨੂੰ ਆਖਿਆ ਤੁਹਾਡੀ ਇਬਾਦਤ ਦੇ ਇਜ਼ਾਫੇ ਵਾਸਤੇ ਤਾਂ ਕਿ ਤੁਹਾਡੀ ਇਬਾਦਤ 'ਚ ਇਜ਼ਾਫਾ ਥੀ ਵਾਲੇ ਅਲਮਾਨ ਹਿੰਦਾ ਪੈਗਾਮ ਭਿਜਵਾਏ ਮੈਂ ਕੈਦੀਆਂ ਦੀ ਮੁਲਾਕਾਤ ਕਰੇਂਦੀ ਆ ਇਹ ਬੇਹਯਾ ਦੇ ਤੇਰੇ ਲਾਇਕ ਦਾ ਦਰਬਾਰ ਨਹੀਂ ਤੇਰੇ ਲਾਇਕ ਦਾ ਬਾਜ਼ਾਰ ਨਹੀਂ ਜੋ ਬਾਜ਼ਾਰ ਬਹੁ ਸੱਜਾ ਹੋ ਜਾ ਇਹਦਾ ਢੱਡਾ ਸਾ ਭਰ ਗਿਆ ਜੇ ਜ਼ਾਲਿਮਾ ਸ਼ਰਮ ਨਹੀਂ ਵੀ ਆਉਂਦੀ ਮੇਰੇ ਲਾਇਕ ਦਾ ਬਾਜ਼ਾਰ ਨਹੀਂ ਅੱਲਾ ਜਾਣੇ ਉਹ ਕਿਹੋ ਜਿਹੀਆਂ ਭੇਣੀ ਜਿਨ੍ਹਾਂ ਦੇ ਭਰਾ ਮਾਰ ਛੋੜੇ ਵੇ ਉਹਨਾਂ ਦੇ ਗੱਲ 'ਚ ਰੱਸੀਆਂ ਪਾ ਕੇ ਬਾਜ਼ਾਰਾਂ 'ਚ ਫਿਰੇ ਦੇ ਬੰਦੇ ਵੇ ਮੈਂ ਇਹਨਾਂ ਕੈਦੀਆਂ ਦੀ ਜ਼ਰੂਰ ਮੁਲਾਕਾਤ ਕਰੇ ਸਾਂ ਇਹ ਆਦਿਆ ਚਾ ਥੋੜ੍ਹੀ ਜਿਹੀ ਦੇਰ ਕਰ ਚਾ ਮੈਂ ਕੁੱਪਰ ਦੇ ਇੰਤਜ਼ਾਮ ਕਰਾਂ ਵੰਡ ਕਨਾਤ ਲਵਾਂ ਵੰਡ ਰੋਵਣ ਵਾਲੇ ਬਾਨੀ ਵਾਸਤੇ ਕਨਾਤਾਂ ਵਧੀਆ ਲੱਗਦੀਆਂ ਸਰਦਾਰ ਜ਼ਾਦੀਆਂ ਚਾਦਰਾਂ ਤੋਂ ਮੌਤਾਜ ਖੜੀ ਇਜਾਜ਼ਤ ਮਿਲ ਗਈ ਹੈ ਆਵੇ ਹਿੰਦਾਂ ਕੈਦੀਆਂ ਦੀ ਮੁਲਾਕਾਤ ਕਰੇ ਚਗਿਰਦੂ ਬਾਨੀਆਂ ਦਰਮਿਆਨ 'ਚ ਹਿੰਦੇ ਇਹ ਜਿਹੜੀ ਮੈਂ ਮਜਲਿਸ ਪੜ੍ਹਦਾ ਕਹਿਣਾ ਮੈਂ ਜਲਸੇ ਦੀ ਜ਼ਿਹਨ 'ਚ ਰੱਖ ਕੇ ਨਾ ਖੜਾ ਪੜ੍ਹਦਾ ਮੈਂ ਇਸ ਗੱਲ ਨੂੰ ਬੜਾ ਮੁਤਮਇਨ ਸੀ ਕਿ ਆਰਾਮ ਆਰਾਮ ਨਾਲ ਲਫ਼ਜ਼ ਖੜਾ ਦਾਂ ਵੀ ਜਿਤਨਾ ਮਜਮਾ ਹੈ ਹਰ ਬੰਦੇ ਤੱਕ ਮੇਰੀ ਗੱਲ ਪਹੁੰਚੇ ਦਰਮਿਆਨ 'ਚ ਮੁਦੱਸਰ ਹਿੰਦੇ ਬਾਹਰੋਂ ਬਾਹਨੀਆਂ ਪਰਦਾ ਬਣਾਈ ਜਾਂਦੀਆਂ ਯਾ ਆਂਦੀ ਜਾ ਤੇ ਬਾਨੀ ਹੱਥ ਨੱਪ ਗਈਏ ਅਜੇ ਤੂੰ ਇੱਥੇ ਰੁਕ ਵਾਂ ਪਹਿਲਾ ਪਹਿਲਾ ਮੰਜ਼ਰ ਦੇਖ ਜਿਹੜਾ ਕੈਦੀ ਰਾਤ ਬੈਠਾ ਰੋਂਦਾ ਮੈਂ ਵਹਿੰਦੀਆਂ ਇਹ ਕੈਦੀ ਕੁਆਦੀਆਂ ਕੈਦੀ ਸਾਡਾ ਰਾਹ ਛੋੜ ਤੇ ਸਾਰੀ ਸਰਦਾਰ ਜ਼ਾਦੀ ਗੁਜ਼ਰ ਕਰੇਂਦੀ ਹਿੰਦਾ ਜਵਾਨ ਬੇਸ਼ਕਾ ਗਾਲ ਕਨ ਖਿਆਲ ਕਰੇ ਝਿਣਕ ਨ ਦੇਵੇਂ ਅੱਲਾ ਜਾਣੇ ਮੇਰਾ ਹਾਂ ਕਿਉਂ ਲਾਉਂਦਾ ਵੇਂਦੇ ਜੇਲੇ ਦੇ ਕੈਦੀਏ ਮੇਰਾ ਦਿਲ ਕਰੇਂਦੇ ਮੈਂ ਸਰ ਦੇ ਵਾਲ ਚ ਖੋਲ ਸਾਰੇ 'ਚ ਮਿੱਟੀਆਂ ਪਾ ਕੇ ਵੈਣ ਕਰਕੇ ਰੋਵਾਂ ਝਿਣਕ ਨ ਦੇਵੇਂ
ਟੁਰ ਪਈਏ ਬਾਨੀ ਮੇਰੇ ਇਮਾਮ ਦੇ ਕੋਲ ਆਈਏ ਕੈਦੀ ਇਹ ਰਾਹ ਛੋੜ ਜਾ ਛੋੜ ਕਿਉਂ ਸਾਡੀ ਸਰਦਾਰ ਆਜ਼ਾਦੀ ਪੇ ਲੰਘਦੀ ਹੈ ਸਾਡੀ ਸਰਦਾਰ ਦਾਦੀ ਵੱਡੀ ਪਰਦਾਦਾਰ ਏ ਸਾਡੀ ਸਰਦਾਰ ਦਾਦੀ ਮਦੀਨੇ ਵਾਲੇ ਸਹਿਦਾਂ ਦੀ ਬਾਣੀ ਏ ਸਦਕੇ 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 ਇਹ ਤਬੀਅਤ ਬਣਾਇੰਦਾ ਸੈਯਦਾ ਦੇਵਾਨ ਨੇ ਆਪਣੀ ਸਰਦਾਰ ਦਾਦੀ ਕੋ ਆਖ ਪਰਦੇ ਤੂੰ ਡਾਢਾ ਵਾਕਿਫ ਆ ਸੱਚ ਪੁੱਛਦੀ ਏ ਤਾਂ ਰਾਤ ਵੀ ਇਹ ਪਰਦੇ ਕੋ ਵਧਾ ਰੋਂਦਾ ਮੈਂ ਵਾਲਾਂ ਦਾ ਪਰਦਾ ਬਣਾ ਬਹਨਾ ਅੱਛਾ ਇੱਕ ਲਫ਼ਜ਼ ਵੀ ਆਖਾਂ ਚਲੋ ਇਹ ਬਜ਼ੁਰਗ ਜ਼ਾਕਰਾਂ ਦੇ ਲਫ਼ਜ਼ ਨੂੰ ਛੋੜੀ ਨਾ ਵੰਜਾ ਉਹਨਾਂ ਦੇ ਰੂਹ ਕੋਈ ਸਵਾਬ ਪਹੁੰਚੇ ਮੈਡਾ ਇਮਾਮ ਫਰਮੈਡਾ ਮੇਰੀ ਮਜਬੂਰੀ ਏ ਜੋ ਤੌਕ ਦਾ ਵਜ਼ਨ ਭਾਰ ਹੈ ਉੱਠਣ ਮੇਰੇ ਵਾਸਤੇ ਮਸਲਾ ਏ ਇਹ ਤੂੰ ਵੱਡੀ ਮਜਬੂਰੀ ਏ ਜੋ ਕਾਫੀ ਅਰਸੇ ਦੇ ਬਾਅਦ ਅੱਜ ਬਾਕਰ ਮੇਰੀ ਝੋਲੀ ਚੋਂ ਸਮ ਗਏ ਨੀਂਦਰ ਪੈ ਗਈ ਏ ਮੈਂ ਬਚੜੇ ਕੋ ਕਿਵੇਂ ਜਗਵਾ ਵੰਜ ਆਪਣੀ ਸਰਦਾਰ ਦਾਦੀ ਕੁਆਕ ਮੈਂ ਵਾਲਾਂ ਦਾ ਫਰਦਾ ਬਣਾਈ ਬੈਠ ਬਜ਼ੁਰਗ ਕਰ ਵੰਜੇ ਬਾਨੀ ਵਾਲਾ ਏ ਅੱਛਾ ਕੁਝ ਨਾਖ ਤੁਰ ਪਈਏ ਮੇਰੇ ਇਮਾਮ ਦੇ ਨਾਲ ਗੁਜ਼ਰੀਏ ਮੇਰੇ ਇਮਾਮ ਤੇ ਨਿਗਾਹ ਪਈ ਸੀ ਦੂਏ ਹੱਥ ਮੱਤੇ ਤੇ ਰੱਖੇ ਨੇ ਕਹਿਦੀ ਮੇਰਾ ਸਲਾਮ ਸੈਯਦਾ ਦੇ ਅੱਲਾ ਕਾ ਸਲਾਮ ਨਾਰਾਜ਼ ਨਥੀ ਵੇ ਤਹੀ ਕੁਵਾਰੀ ਵਾਲਾ ਵੀ ਸਲਾਮ ਵਾਲਾ ਅੱਜ ਕਹਿਦੀ ਮੇਰਾ ਸਲਾਮ ਵੀ ਕਈ ਵਾਰ ਮੇਰਾ ਇਮਾਮ ਆ ਜਾ ਰਹਿ ਗਏ ਕਈ ਦਫ਼ਾ ਸਲਾਮ ਬਣਾਈ ਰਹਿ ਗਈ ਏ ਅੱਜ ਕਹਿਦੀ ਆ ਪੁੱਛਦੀ ਆ ਗੱਲ ਸਲਾਮ ਵਾਸਤੇ ਸਿੱਖਦਾ ਵਧਾਵੇ ਸੈਯਦਾ ਦੇ ਸਲਾਮ ਵਾਸਤੇ ਨਵੀਂ ਸਿੱਖਦਾ ਵਧਾ ਰੋ ਰੋ ਕੇ ਆਜੀਏ ਕੱਲ ਫਜਰ ਵੇਲੇ ਉਹ ਮੇਰੇ ਪੇਸ਼ ਥਈਏ ਲੁੱਟ ਕਰ ਬਣਦੇ ਤੇ ਦੁਖੀਆ ਜੀ ਮੇਰੀ ਮਜਾਲ ਕਿਹੜੀ ਗੱਲ
ਦੇਖੋ ਕਈ ਵਾਰੀ ਬਿਸਮਿਲਾ ਕਰਾਂ ਰੰਜਾ ਨਹੀਂ ਹੋਵਣਾ ਹੁਣ ਹਿੰਦਾਂ ਅਤੇ ਮੇਰੇ ਇਮਾਮ ਦੀ ਗੁਫ਼ਤਗੂ ਜੋ ਵਧੀ ਹੈ ਹਿੰਦਾਂ ਦੀ 4 ਸਾਲਾਂ ਦੀ ਧੀ ਹੈ ਬਸ 2 ਵਹਿਣ ਜਾਂ 2.5 ਬਾਕੀ ਇੱਥੇ ਹੀ ਆਪਣਾ ਰੁੱਖ ਬਦਲਦਾ ਲਹਿਜਾ ਬਦਲਦਾ ਵਹਿਣ ਕੋ ਥੋੜ੍ਹਾ ਤਬਦੀਲ ਹੀ ਕਰੇ ਨਾ ਤਾਂ ਕਿ ਤੇਰੀ ਇਬਾਦਤ 'ਚ ਇਜ਼ਾਫਾ ਥੀਵੇ ਸਦਕੇ ਥੀਵਾਂ ਰਮਲਾਂ ਦੀ ਨਿਗਾਹ ਹੁਸੈਨ ਦੀ 4 ਸਾਲਾਂ ਦੀ ਧੀ ਤੇ ਪੈ ਗਈ ਮਾਂ ਦਾ ਹੱਥ ਲੱਪਿਆ ਜੇ ਤੂੰ ਨਾ ਬੇਸ਼ੱਕ ਵੱਡੇ ਕੈਦੀਆਂ ਨਾਲ ਗਾਲ ਕਰ ਉਹ ਜਿਹੜੀ ਨਿੱਕੀ ਕੈਦਣ ਖੜੀ ਮੈਂ ਕੁਝ ਦੇਰ ਉਹਦੇ ਨਾਲ ਵਹਿੰਦੀਆਂ ਗਾਲ ਨਹੀਂ ਕਰੇਂਦੀ ਮਾਂ ਖਸਵਾਂ ਟੁਰ ਪਈਏ ਮੇਰੀ ਸੈਣ ਦਾ ਆ ਕੇ ਸਲਾਮ ਕੀਤਾ ਨਿੱਕੀ ਕਹਿ ਦੇਣਾ ਮੇਰਾ ਸਲਾਮ ਹੋਵੀ ਬੀਬੀਆਂ ਦੇ ਲੈ ਕੇ ਸਲਾਮ ਮੈਦਾ ਵੀ ਸਲਾਮ ਹੋਵੀ ਹੁਣ ਜਿਹੜੇ ਅਦਬ ਸੁਣ ਦੇਵੇ ਇਸ਼ਾਰੇ ਸਮਝ ਦੇਵੇ ਇਹੋ ਮੇਰਾ ਇਸ਼ਾਰਾ ਜ਼ਰੂਰ ਸਮਝੇ ਬਾਜ਼ਾਰ ਦਾ ਰਾਸ਼ਾ ਜ਼ਿਆਦਾ ਰਮਲਾ ਦੇ ਕੰਨਾਂ ਤੱਕ ਇਹ ਗਾਲ ਨਹੀਂ ਪਹੁੰਚੀ ਸਲਾਮ ਦਾ ਜਵਾਬ ਨਹੀਂ ਗਿਆ ਅੱਜ ਨਿੱਕੀ ਕਹਿ ਦੇਣਾ ਤੇ ਕੋ ਪਤਾ ਕੋਈ ਨਹੀਂ ਜੋ ਮੈਂ ਬਾਦਸ਼ਾਹ ਦੀ ਧੀ ਹਾਂ ਮੈਂ ਸਲਾਮ ਬਲਾਇਆ ਤੇ ਮੈਨੂੰ ਸਲਾਮ ਦਾ ਜਵਾਬ ਕਿਉਂ ਨਹੀਂ ਦਿੱਤਾ ਬੀਬੀ ਅੱਜ ਤੂੰ ਵੀ ਠੀਕ ਆ ਜੀਏ ਤੂੰ ਇੱਕ ਮੁਲਕ ਦੇ ਬਾਦਸ਼ਾਹ ਦੀ ਧੀ ਹੈ ਮੈਂ ਦੋਹਾਂ ਜਹਾਨਾਂ ਦੇ ਬਾਦਸ਼ਾਹ ਦੀ ਧੀ ਹਾਂ ਬੀਬੀ ਅੱਜ ਮੈਂ ਦਊਂ ਦੀ ਧੀ ਹਾਂ ਜਿਹਦੀ ਹਰ ਦਿਲ ਤੇ ਹਕੂਮਤ ਚੱਲਦੀ ਹੈ ਸਦਕੇ 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 ਮੈਂ ਜਵਾਬ ਦਿੱਤਾ ਬੀਬੀ ਅੱਜ ਮੈਂ ਜਵਾਬ ਦਿੱਤਾ ਤੇ ਜੇ ਤੱਕ ਆਵਾਜ਼ ਨਹੀਂ ਪਹੁੰਚੀ ਪਹਿਲੀ ਮਜਬੂਰੀ ਹੈ ਜੋ ਰਸ਼ ਜ਼ਿਆਦਾ ਦੇਖੇ ਮੇਰੇ ਪਾਸੇ ਇਹੋ ਲਫ਼ ਸਮਝੇ ਬੀਬੀ ਅੱਜ ਰਸ਼ ਜ਼ਿਆਦਾ ਹਾ ਈ ਗੱਲ ਆਵਾਜ਼ ਨਹੀਂ ਪਹੁੰਚੀ ਦੂਜੀ ਮਜਬੂਰੀ ਹੈ ਜਿਹੜੀ ਗੱਲੇ ਵਾਲੀ ਰੱਸੀ ਹੈ ਰੱਸੀ ਡਾਢੀ ਤੰਗ ਹੈ ਮੈਂ ਉੱਚੀ ਬੋਲ ਨਹੀਂ ਸਕਦੀ ਮੈਂ ਤੇ ਕੁਝ ਜਵਾਬ ਦਿੱਤਾ ਜਦਾ ਬਾਰ ਬਾਰ ਆ ਗਿਆ ਮੈਂ ਤੇ ਕੁਝ ਜਵਾਬ ਦਿੱਤਾ ਤੇ ਆਖਸ ਮੈਂ ਬਾਦਸ਼ਾਹ ਜੀ ਧੀਆਂ ਰਮਲਾ ਜੇ ਤੂੰ ਬਾਦਸ਼ਾਹ ਜੀ ਧੀ ਹੋਵੇ ਆ ਤੇਰੇ ਕੰਨਾਂ ਚ ਦੂਰੋਂ ਵੇ ਨਾ ਤੂੰ ਬਾਦਸ਼ਾਹ ਜੀ ਧੀ ਹੋਵੇ ਆ ਤੇਰਾ ਸੋਹਣਾ ਲਿਬਾਸ ਹੋਵੇ ਆ ਦੇਖ ਤਾਂ ਸਹੀ ਜਿਹੜਾ ਚੋਲਾ ਚੋਲੇ ਦਾ ਦਾਮਨ ਸੜਾ ਹੋਇਆ ਹੈ ਅਗਰ ਤੂੰ ਬਾਦਸ਼ਾਹ ਦੀ ਧੀ ਹੋਵੇ ਆ ਤੇਰੇ ਕੱਪੜੇ ਸੜੇ ਹੋਏ ਨਾ ਹੋਵੇ ਨਾ ਬੀਬੀ ਅੱਜ ਆ ਮੈਂ ਤੇ ਕੋ ਦੱਸਾਂ ਮੈਂ ਜੇ ਵੀਰ ਅਕਬਰ ਦੀ ਓ ਸ਼ਾਦੀ ਦੇ ਕੀਤੇ ਮੈਂ ਜੇ ਪਿਉ ਕੱਪੜੇ ਮੰਗਵਾਏ ਸਦਕੇ 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 ਮੱਤਾ ਜੀ ਜਹਵੀਂਦੇ ਆ ਘਰ ਪਲ ਵਿੱਚ ਮੈਂ ਜਾ ਇੱਕ ਬਰਸੇ
ਸਦਕੇ ਕੌਣ ਥੀਂਦੇ ਵੇ ਤੇਰੇ ਬਾਬੇ ਦਾ ਨਾਮ ਕਿਹੜਾ ਹੈ ਬੀਬੀਆਂ ਜੇ ਪੱਲੇ ਨਾ ਖੜੋ ਮੈਨੇ ਨੇੜੇ ਆ ਮੈਂ ਤੇ ਗੁਰ ਸਮਾ ਰੋ ਰੋ ਕਿਆ ਜੇ ਮੈਂ ਰਿਸ਼ਤਾਦਾਰ ਬਤੂਰ ਦੀਆਂ ਮੈਂ ਦਾ ਵਤਨ ਵੀ ਸ਼ਹਿਰ ਸ਼ਹਿਰ ਮਦੀਨਾ ਬਿਸਮਿਲਾ ਆਦੀ ਅਲਮਾਨ ਵਸਦੀ ਵੀ ਮਦੀਨੇ ਦੀ ਨਾਮ ਸਕੀਨਾ ਬਾਬੇ ਦਾ ਨਾਮ ਵੀ ਹੁਸੈਨ ਬਤੂਲ ਦੀ ਰਿਸ਼ਤੇਦਾਰ ਭਾਈ ਮੈਂ ਰੋਟੀ ਖਾਏ ਹੁਸੈਨ ਦੇ ਨਾਂ 'ਤੇ ਖੜ ਭਾਈ ਖੜ ਕੋਈ ਨਹੀਂ ਮੈਂ ਆਖਰੀ ਵੈਣ 'ਤੇ ਛੋੜਾ ਰਾਣਾ ਮਿੰਬਰ ਇਹ ਬਾਤ ਹੀ ਠੀਕ ਕਰ ਗਿਨਸਨ ਜਦਾ ਕਿ ਤੂੰ ਹੁਸੈਨ ਦੀ ਧੀ ਹੈ ਲੇਕਿਨ ਇੱਕੋ ਜਵਾਬ ਦੇ ਤੇਰੀਆਂ ਤਲੀਆਂ ਚੁਰਾ ਤੇ ਕਿਉਂ ਜਾ ਰਹੀ ਏ
ਤੇਰੇ ਰੁਖਸਾਰਾਂ ਦੇ ਉੱਤੇ ਨੀਲੇ ਦਾਗ ਕਿਉਂ ਆ ਬੀਬੀ? ਅੱਜ ਆ ਮੈਂ ਤੇ ਕੁੜਾ ਸਾਵਾ ਤਕਦੀਰ ਦੀ ਮਾਰੀ ਹੀਕ ਮੰਜ਼ਲ ਤੇ ਮੈਂ ਕਾਫਲੇ ਤੋਂ ਮੇਰਾ ਭਾਈ ਅੱਛਾ ਮੇਰਾ ਭਾਈ ਉਹ ਸੱਜਾ